أعوذ بالله من الشيطان الرجيم. بسم الله الرحمن الرحيم. سبحان الله. وتلك الأيام نداولها بين الناس. سبحان الله. صدق الله العظيم وصدق رسوله النبي الكريم الأمين. سبحان الله. إن الله وملائكته يصلون على النبي يا أيها الذين آمنوا صلوا عليه وسلموا تسليما. الصلاة ਜਦੋਂ ਜੁਮਾ ਦੀ ਰਾਤ ਹੋਵੇ, ਜੁਮੇ ਦਾ ਦਿਨ ਹੋਵੇ, ਹਜ਼ੂਰ ਤੇ ਕਸਰਤ ਨਾਲ ਦਰੂਦ ਪੜ੍ਹੋ। ਮੈਂ ਤੁਹਾਡੀ ਖਿਦਮਤ ਦੇ ਅੰਦਰ ਕੀ ਅਰਜ਼ ਕੀਤੀ ਹੈ, ਜੁਮਾ ਰਾਤ ਹੋਵੇ, ਬਲਕਿ ਇਹਨੂੰ ਤੇ ਰੈਗੂਲਰ ਹੀ ਪੜ੍ਹਨਾ ਚਾਹੀਦਾ। ਉਹ ਇਬਾਦਤ ਹੈ ਜਿਹਦੀ ਡਾਇਰੈਕਟਲੀ ਕਬੂਲ ਹੈ। ਬਾਕੀ ਇਬਾਦਤ ਦੇ ਅੰਦਰ ਸ਼ੱਕ ਸ਼ੁਬਾਤ ਹੋ ਸਕਦੇ ਨੇ, ਕਬੂਲ ਹੋਈਏ ਜਾਂ ਨਹੀਂ। ਜਦੋਂ ਦਰੂਦ ਪੜਿਆ ਜਾਵੇ ਤੇ ਡਾਇਰੈਕਟਲੀ ਕਬੂਲ ਹੋ ਜੁਮਾ ਰਾਤ ਦੀ ਰਾਤ ਨੂੰ ਔਰ ਜੁਮੇ ਦੇ ਦਿਨ ਨੂੰ ਹਜ਼ੂਰ ਦੀ ਜ਼ਾਤ ਪਾਕ ਤੇ ਕਸਰਤ ਨਾਲ ਇਤਾਇਤ ਪੇਸ਼ ਕੀਤੇ ਕਰੋ। ਕਿਉਂਕਿ ਆਖਰ ਸਰਕਾਰ ਨੇ ਫਰਮਾਇਆ, ਜੁਮਾ ਰਾਤ ਨੂੰ ਗੁਲਾਮਾਂ ਦਾ ਦਰੂਦ ਮੁਹੰਮਦ ਸਰਕਾਰ ਖੁਦ ਸਮਾਤਾ, ਬਾਕੀਆਂ ਦਾ ਪਹੁੰਚਾਇਆ ਜਾਂਦਾ। ਜਿਹੜੇ ਹਜ਼ੂਰ ਦੇ ਗੁਲਾਮ ਨੇ ਉਹਨਾਂ ਦਾ ਦਰੂਦ ਆਕਾ ਖੁਦ ਸਮਾਤ ਕਰਦੇ। ਔਰ ਨਾਲੇ ਜੁਮਾ ਰਾਤ ਦੀ ਦੂਜੀ ਖੂਬੀ ਦੱਸਣ ਲੱਗਾ, ਅਕਸਰ ਤੁਹਾਨੂੰ ਚੇਤਾ ਦੀ ਵਹਿੰਦਾ ਰਹਿ ਜਾਣਾ, ਬੰਦੇ ਤੇ ਬੜੇ ਤਕੜੇ ਹੋ, ਬੰਦੇ ਤਾਂ ਘੱਟ ਹੋ ਤੁਸੀਂ। ਜੁਮਾ ਰਾਤ ਦੀ ਯਾ ਹੀ ਰਾਤ ਆਉਂਦੀ ਏ, ਇੱਕ ਲਮਹੇ ਦੇ ਅੰਦਰ 6 ਲੱਖ ਜਹੰਮੀ ਮੌਲਾ ਜਹੰਮ ਤੋਂ ਆਜ਼ਾਦ ਹੋ। ਔਰ ਤੀਜੀ ਇਹਦੀ ਫਜ਼ੀਲਤ ਕਿ ਇਸ ਰਾਤ ਨੂੰ ਜਿਹਨੇ ਪੜ੍ਹਿਆ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁਲਾਹ, ਅਗਰ ਉਹ ਫੌਤ ਹੋ ਜਾਵੇ, ਕਬਰ ਚਲਾ ਜਾਵੇ, ਉਹਦੀ ਕਬਰ ਸਵਾਲੋ ਜਵਾਬ ਨਹੀਂ। ਔਰ ਦਰੂਦ ਦੇ ਬਾਰੇ ਆਦੀਸ ਮੁਬਾਰਕਾ ਪੇਸ਼ ਕਰਨਾ ਚਾਹੁੰਦਾ। ਇਮਾਮ ਮੁਹੰਮਦ ਗਜ਼ਾਲੀ ਰਹਿਮਤੁਲ੍ਲਾਹ ਸਰਕਾਰ ਫਰਮਾਉਂਦੇ ਨੇ ਕਿ ਅੱਲਾਹ ਨੇ ਇੱਕ ਫਰਿਸ਼ਤਾ ਪੈਦਾ ਕੀਤਾ ਹੈ। ਮੇਰੀ ਗੱਲ ਤਵੱਜੋ ਦੇ ਨਾਲ ਸਮਾਪਤ ਕਰਨੀ ਹੈ। ਪਿਛਲੇ ਜੁਮੇ ਕੋਈ 3 ਵੱਧੇ ਹਨ ਤੇ ਤੁਸੀਂ ਘੱਟ ਬੋਲੇ, ਹੁਣ 3 ਰਾਤ ਵੱਧ ਚੋਂਗੇ, ਲੱਗਦਾ ਵੀ ਹੁਣ ਬੜੇ ਘੱਟ ਬੋਲਦੇ। ਜ਼ਰਾ ਜਿਗਰਾ ਖੋਲ ਕੇ ਉੱਚੀ ਬੋਲੋ, ਮੁਹੱਬਤ ਇਸ ਵਜ੍ਹਾ ਤੋਂ ਪਰੇਸ਼ਾਨੀ ਲੱਗਦੀ ਗੱਲ ਬਣ। ਉਹ ਅਕਸਰ ਲੋਕ ਉਹਨਾਂ ਕਿ ਵੀ ਅਸੀਂ ਹੁਣ ਨਹੀਂ ਮੋਟਰਸਾਈਕਲ ਦੀ ਕਾਰ ਆਪਣਾ ਚਲਾਉਣੀ ਹੈ ਜੀ, ਹੁਣ ਤਾਂ ਸਮਝਦਾ ਹੈ ਸਾਈਕਲ ਵਾਲਾ ਕੰਮ ਠੀਕ ਹੈ। ਤੁਸੀਂ ਜ਼ਰਾ ਉਹਨੂੰ ਪਿੱਛੇ ਹਟਾ ਕੇ ਜ਼ਰਾ ਇੱਕ ਦਫ਼ਾ ਮੌਲਾ ਕਦੀਮ ਦੇ ਨਾਲ ਉੱਚੀ ਬੋਲਿਆ ਜਾਏ, ਸੁਭਾਨ ਅੱਲਾਹ। ਅਰਜ਼ ਕਰਨਾ ਚਾਹਨਾ, ਜ਼ਰਾ ਸਮਾਪਤ ਕਰਿਆ ਜੇ, ਉਹ ਮੌਲਾ ਬੇਨਿਆਜ਼ ਨੇ ਜਿਹੜਾ ਫਰਿਸ਼ਤਾ ਪੈਦਾ ਫਰਮਾਇਆ ਹੈ, ਉਹਦਾ ਸਰ ਜਿਹੜਾ ਹੈ ਉਹ ਜ਼ੇਰੇ ਅਰਸ਼ ਹੈ। ਕਦਮ ਉਹਦੇ ਤਖ਼ਤ ਸਰਾ ਦੇ ਵਿੱਚ, ਉਹਦੇ ਪਰ ਮਸ਼ਰਕ ਤੇ ਮਗਰਬ ਵਿੱਚ, ਜਨੂਬ ਤੇ ਸ਼ਿਮਾਲ ਵਿੱਚ ਅੱਲਾ ਉਹਦੇ ਇਤਨੇ ਪੈਰ ਪੈਦਾ ਫਰਮਾਏ ਜਿਤਨੀ ਅੱਲਾ ਦੀ ਮਖਲੂਕ ਹੈ। ਨਹੀਂ ਲੱਗਦਾ ਤਵੱਜੋ ਨਹੀਂ? ਹੁਣ ਸੁਣਿਆ ਜੇ ਆਗੇ ਨਾਮਦਾਰ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਸਰਕਾਰ ਦਾ ਫਰਮਾਨ ਪਾ ਕੇ ਇਮਾਮ ਗਜ਼ਾਲੀ ਸਰਕਾਰ ਫਰਮਾਉਂਦੇ ਨੇ ਕਿ ਜਦ ਕੋਈ ਮੇਰਾ ਉਮਤੀ
مرد یا عورت سبحان اللہ میری ذات تے درود پڑھ دے سبحان اللہ اس گل نوں بڑا آہستہ آہستہ تھوڑے دماغ شریف تک پہنچان دی کوشش کر رہی ہے سبحان اللہ